ਆਂਗਨਵਾੜੀ ਵਰਕਰਾਂ ਨੇ ਆਇਰਨ ਐਂਡ ਫੋਲਿਕ ਐਸਿਡ ਸਿਰਪ ਬੱਚਿਆਂ ਨੂੰ ਪਿਲਾਉਣ ਤੋਂ ਇਨਕਾਰ ਕਰ ਦਿੱਤਾ। ਇਹ ਅਮੀਨੀਆ ਦੀ ਦਵਾਈ ਹੈ ਜਿਸ ਨੂੰ ਆਂਗਨਵਾੜੀ ਵਰਕਰ CDPO ਦਫ਼ਤਰ 'ਚ ਜਮ੍ਹਾਂ ਕਰਾਉਣ ਪਹੁੰਚਿਆ। ਆਂਗਨਵਾੜੀ ਵਰਕਰਾਂ ਦਾ ਕਹਿਣਾ ਕਿ ਉਹਨਾਂ ਨੂੰ ਇਸ ਦਵਾਈ ਨੂੰ ਪਿਲਾਉਣ ਦੀ ਕੋਈ ਟ੍ਰੇਨਿੰਗ ਨਹੀਂ ਮਿਲੀ ਹੈ ਤੇ ਨਾ ਹੀ ਉਹਨਾਂ ਕੋਲ ਕੋਈ ਹੈਲਥ ਸਰਟੀਫਿਕੇਟ ਹੈ ਤੇ ਜੇ ਇਸ ਦਵਾਈ ਨੂੰ ਪਿਲਾਉਣ ਤੋਂ ਬਾਅਦ ਕਿਸੇ ਬੱਚੇ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦਾ ਜ਼ਿੰਮੇਵਾਰ ਕੌਣ ਹੋਵੇਗਾ, ਜਿਸ ਕਾਰਨ ਆਂਗਨਵਾੜੀ ਵਰਕਰਾਂ ਨੇ ਇਹ ਫੈਸਲਾ ਲਿਆ ਕਿ ਉਹ ਇਸ ਦਵਾਈ ਨੂੰ ਵਾਪਸ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦੇਣ। ਦਰਅਸਲ ਕੁਝ ਦਿਨ ਪਹਿਲਾਂ ਲਹਿਰਾਗਾਗਾ ਇਲਾਕੇ 'ਚ ਇਹੋ ਐਕਸਪਾਇਰੀ ਦਵਾਈ ਛੋਟੇ ਬੱਚਿਆਂ ਨੂੰ ਦੇਣ ਤੋਂ ਬਾਅਦ ਉਸ ਸੈਂਟਰ ਦੀਆਂ ਆਂਗਨਵਾੜੀ ਵਰਕਰਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਆਇਰਨ ਐਂਡ ਫੋਲਿਕ ਐਸਿਡ ਦੀ ਦਵਾਈ ਆਂਗਨਵਾੜੀ ਦੇ 7 ਸਰਕਲਾਂ ਮਤਲਬ 150 ਤੋਂ ਵੀ ਵੱਧ ਪਿੰਡਾਂ 'ਚ ਭੇਜੀ ਗਈ ਅਤੇ ਵਰਕਰਾਂ ਦਾ ਕਹਿਣਾ ਕਿ ਪ੍ਰਸ਼ਾਸਨ ਇਹ ਦਵਾਈ ਉਹਨਾਂ ਕੋਲ ਧੱਕੇ ਨਾਲ ਭੇਜ ਰਿਹਾ ਅਤੇ ਬੱਚਿਆਂ ਨੂੰ ਪਿਲਾਉਣ 'ਤੇ ਵੀ ਜ਼ੋਰ ਦੇ ਰਿਹਾ। ਵਰਕਰਾਂ ਦਾ ਕਹਿਣਾ ਕਿ ਇਹ ਦਵਾਈ ਦੇਣ ਦਾ ਤਜਰਬਾ ਆਸ਼ਾ ਵਰਕਰਾਂ ਜਾਂ ANM ਨੂੰ ਹੁੰਦਾ ਹੈ, ਇਸ ਲਈ ਹੈਲਥ ਵਿਭਾਗ ਸਾਨੂੰ ਇਹ ਦਵਾਈਆਂ ਨਾ ਭੇਜੇ। ਕੀ ਨਾਮ ਹੈ? ਮੇਰਾ ਨਾਮ ਬਲਵਿੰਦਰ ਕੌਰ ਹੈ ਅਤੇ ਮੈਂ ਬਲਾਕ ਪ੍ਰੈਜ਼ੀਡੈਂਟ ਹਾਂ ਅਤੇ ਅੱਜ ਸਾਰੇ ਜਣੇ ਅਸੀਂ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ CTU ਦੇ ਸੱਦੇ 'ਤੇ ਇਕੱਠੇ ਹੋਏ ਹਾਂ। CTU ਦੇ ਵੱਲੋਂ ਅਸੀਂ ਆਪਣੀਆਂ ਜਿਹੜੀਆਂ ਮੰਗਾਂ ਨੇ ਸਮੇਂ ਸਮੇਂ 'ਤੇ ਮਤਲਬ ਉਭਾਰਦੇ ਰਹਿੰਦੇ ਹਾਂ ਅਤੇ ਸਾਡੇ ਜਿਹੜੇ ਮੰਗਾਂ ਦੇ ਨਾਲ ਨਾਲ ਅਸੀਂ ਜਿਹੜੇ ਸਾਡੇ 'ਤੇ ਕੋਈ ਜ਼ੁਲਮ ਕੋਈ ਅੱਤਿਆਚਾਰ ਮਤਲਬ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਉਹ ਵੀ ਅਸੀਂ ਮੀਡੀਆ ਦੇ ਸਾਹਮਣੇ ਲਿਆਉਂਦੇ ਹਾਂਗੇ। ਅਸੀਂ ਅੱਜ ਸਵੇਰੇ 9 ਵਜੇ ਦੇ ਇਕੱਠੇ ਹੋਏ ਹੋਏ ਹਾਂ। ਲਗਭਗ 6-7 ਸਰਕਲਾਂ 'ਚੋਂ ਜਿਹੜੀ ਦਵਾਈ ਹੈ ਇਹ ਆਈ ਹੋਈ ਆ ਅਤੇ ਸਾਰੀ ਦਵਾਈ ਹੈ ਜਿਹੜੀ ਉਹ ਉਰੇ ਪਹੁੰਚੀ ਆ ਅਤੇ ਤਕਰੀਬਨ ਜਿਹੜੀ ਦਵਾਈ ਹੈਗੀ ਇਹ ਦਵਾਈ ਜਿਹੜਾ ਗੋਬਿੰਦਪੁਰਾ ਜਵਾਹਰ ਵਾਲਾ ਦਾ ਮਸਲਾ ਹੋਇਆ ਗਾ ਉਹ ਇਸੇ ਵਜ੍ਹਾ ਨਾਲ ਹੋਇਆ, ਉਹ ਸਾਡੀਆਂ 6 ਸਵਾਵਾਂ 'ਚ ਨਹੀਂ ਆਉਂਦਾ ਹੈਗਾ, ਉਹ ਇਸੇ ਵਜ੍ਹਾ ਨਾਲ ਹੋਇਆ ਕਿਉਂਕਿ ਸਾਨੂੰ ਦਵਾਈ ਦੀ ਹੈ ਜਿਹੜੀ ਕੋਈ ਵੀ ਟ੍ਰੇਨਿੰਗ ਨਹੀਂ ਹੈਗੀ, ਕੋਈ ਜਾਣਕਾਰੀ ਨਹੀਂ ਹੋਈ ਕਿਵੇਂ ਦਵਾਈ ਦੇਣੀ ਆ ਅਤੇ ਕਿਵੇਂ ਅਸੀਂ ਵੰਡੀਏ ਇਹਨੂੰ। ਕੋਈ ਕਹਿ ਦਿੰਦਾ ਜੇ ਅਸੀਂ ਪਹਿਲਾਂ ਦਵਾਈ ਆਈ ਸੀ ਕਹਿੰਦੇ ਜੀ 1-1 ਸ਼ੀਸ਼ੀ ਘਰਾਂ 'ਚ ਦੇ ਦਿਓ, ਅਸੀਂ ਉਸ ਟਾਈਮ ਘਰਾਂ 'ਚ ਦੇਤੀ, ਫਿਰ ਕਹਿੰਦੇ ਜੀ 5 ML ਦੇ ਦਿਓ, ਅਸੀਂ 5 ML ਦੇਤੀ, ਫਿਰ ਕਹਿ ਰਹੇ ਨੇ ਬੱਚੇ ਨੂੰ ਹੁਣ ਜਦੋਂ ਸ਼ੀਸ਼ੀ ਦੇ ਉੱਪਰ ਲਿਖਿਆ ਹੋਇਆ, ਪਹਿਲਾਂ ਵੀ ਅਸੀਂ ਲਿਖ ਕੇ ਪੜ੍ਹ ਕੇ ਦਿੱਤਾ ਸੀ ਸ਼ੀਸ਼ੀ ਤੋਂ ਹੀ ਜਦੋਂ ਦਿੱਤੀ ਆ, ਪਰ ਹੁਣ ਜਦੋਂ ਮਸਲਾ ਆਇਆ ਗੋਬਿੰਦਪੁਰ ਜਵਾਹਰ ਵਾਲੇ ਦਾ ਤਾਂ ਉਹਨਾਂ ਦੇ ਨਾਲ ਕੋਈ ਵੀ ਨਹੀਂ ਖੜਿਆ ਮਹਿਕਮੇ ਦਾ, ਜਦਕਿ ਇਹ ਸਾਡੇ ਕੋਈ ਵੀ 6 ਸਵਾਵਾਂ 'ਚ ਨਹੀਂ ਆਉਂਦੀ, ਇਹ ਐਕਸਟਰਾ ਦਵਾਈ ਆ, ਸਾਨੂੰ ਨਹੀਂ ਪਤਾ ਇਹ ਕੀ ਆ, ਕਿਵੇਂ ਆਈ ਆ, ਕੀ ਕਿਵੇਂ ਦੇਣੀ ਆ ਇਹ, ਅਤੇ ਸਾਨੂੰ ਕੋਈ ਇਹਦੀ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ। ਇਸ ਕਰਕੇ ਜਿਹੜੀ ਇਹ ਦਵਾਈ ਆ ਅਸੀਂ ਇਹ ਫੈਸਲਾ ਲਿਆ, ਸਭ ਨੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹੀ ਇਹ ਦਵਾਈ ਆ, ਸੰਗਰੂਰ ਜ਼ਿਲ੍ਹੇ ਵਿੱਚ ਹੀ ਇਹ ਅਸੀਂ ਫੈਸਲਾ ਲਿਆ ਵੀ ਅਸੀਂ ਕਿਸੇ ਨੇ ਵੀ ਦਵਾਈ ਬੱਚਿਆਂ ਨੂੰ ਨਹੀਂ ਪਿਲਾਉਣੀ। ਈਵਨ ਕਿ ਅੱਜ ਜਿਹੜੀ ਦਵਾਈ ਆ ਤਕਰੀਬਨ 100-150 ਪਿੰਡ ਤੋਂ ਦਵਾਈ ਆਈ ਆ, ਇਹ 100 ਮਤਲਬ 100-150 ਸੈਂਟਰ 'ਚੋਂ ਦਵਾਈ ਆਈ ਆ। ਇਹ ਅਸੀਂ CDPO ਦਫ਼ਤਰ ਲਹਿਰਾ ਨੂੰ ਵਾਪਸ ਕਰਨ ਆਏ ਹਾਂ। ਇਹ ਅਸੀਂ ਇਹ ਇਹਨਾਂ ਨੂੰ ਇਹ ਕਿਹਾ ਹੈਗਾ ਵੀ ਮੈਡਮ ਇਹ ਦਵਾਈ ਹੈ ਜਿਹੜੀ ਸਾਨੂੰ ਤਜਰਬਾ ਨਹੀਂ, ਸਾਡੇ ਕੋਲ ਕੋਈ ਹੈਲਥ ਸਰਟੀਫਿਕੇਟ ਨਹੀਂ, ਇਸ ਕਰਕੇ ਇਹ ਦਵਾਈ ਹੈ ਜਿਹੜੀ ਤੁਸੀਂ ਸਾਨੂੰ ਨਾ ਦਿਓ। ਇਹਨਾਂ ਨੇ ਮਤਲਬ ਸਾਨੂੰ ਇਹ ਜਵਾਬ ਦਿੱਤਾ, ਅਸੀਂ ਸਵੇਰ ਦੇ 9 ਵਜੇ ਦੇ ਪਰੇਸ਼ਾਨ ਹੋ ਰਹੇ ਹਾਂ, ਇਹਨਾਂ ਨੇ ਇਹ ਜਵਾਬ ਦਿੱਤਾ ਵੀ ਤੁਸੀਂ ਆਪਣੀਆਂ ਸੁਪਰਵਾਈਜ਼ਰਾਂ ਨੂੰ ਜਿਹੜੀ ਇਹ ਆ ਇਹ ਦਵਾਈ ਜਮ੍ਹਾਂ ਕਰਾਓ। ਜੇ ਸੁਪਰਵਾਈਜ਼ਰਾਂ ਨੂੰ ਕਿਹਾ ਭਾਈ ਤੁਸੀਂ ਦਵਾਈ ਜਮ੍ਹਾਂ ਕਰਾ ਲਓ, ਕਹਿੰਦੇ ਜੀ ਇਕੱਲਾ ਵਰਕਰ ਜਮ੍ਹਾਂ ਕਰਾਊਗਾ। ਦੇਖੋ 9 ਵਜੇ ਦੇ ਅਸੀਂ ਇਕੱਠੇ ਹੋਏ ਹੋਏ ਸੀ, ਕਿਸੇ ਨੇ ਦੁਪਹਿਰ ਦੇ ਖਾਣਾ ਬਣਾਉਣਾ, ਕੋਈ ਬਿਮਾਰ ਆ ਦਵਾਈ ਲੈਣ ਗਿਆ, ਕੋਈ BP ਦਾ ਮਰੀਜ਼ ਆ, ਅਤੇ ਇਸ ਕਰਕੇ ਉਹ ਸਾਰੇ ਨੇ ਜਿਹੜੇ ਅਸੀਂ ਵਾਪਸ ਭੇਜੇ ਨੇ ਵੀ ਕੋਈ ਗੱਲ ਨਹੀਂ, ਅਸੀਂ ਜਿਵੇਂ ਕਹਿ ਦਿਓ ਵੀ ਅਸੀਂ ਮੇਨ ਮੈਂਬਰ ਉਰੇ ਹੈਗੇ ਹਾਂ ਅਤੇ ਅਸੀਂ ਇਹ ਦਵਾਈ ਅੱਜ ਵਾਪਸ ਕਰਕੇ ਜਾਣੀ। ਅਸੀਂ ਮੀਡੀਆ ਦੀ ਹਾਜ਼ਰੀ 'ਚ ਇਹ ਇਹਨਾਂ ਨੇ ਵਾਪਸ ਨਹੀਂ ਕੀਤੀ, ਮੀਡੀਆ ਦੀ ਹਾਜ਼ਰੀ 'ਚ ਅਸੀਂ ਇਹ ਦਵਾਈ ਇੱਥੇ ਹੀ ਧਰ ਕੇ ਜਾਵਾਂਗੇ ਅਤੇ ਅਸੀਂ ਦਵਾਈ ਵਾਪਸ ਨਹੀਂ ਲੈਣੀ ਅਤੇ ਅਸੀਂ ਨਾ ਹੀ ਕਿਸੇ ਬੱਚੇ ਦਾ ਨੁਕਸਾਨ ਕਰਨਾ, ਅਸੀਂ ਦਵਾਈ ਅਸੀਂ ਨਹੀਂ ਪਿਲਾਉਣੀ। ਜੇ ਕੱਲ੍ਹ ਨੂੰ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਇਹ ਦਵਾਈ ਨੂੰ ਵੰਡੀ ਜਾਵੇ ਜਾਂ ਜਿਹੜੇ ਹੈਲਪਰ ਨੇ ਉਹਨਾਂ ਨਾਲ ਜਾਣਾ ਪੈ ਜੇ, ਤੁਹਾਨੂੰ ਜਾਓਗੇ? ਨਹੀਂ, ਅਸੀਂ ਦੇਖੋ ਪੋਲੀਓ ਕੈਂਪ ਦੇ ਵਿੱਚ ਵੀ ਅਸੀਂ ਨੇ ਸਾਥ ਦਿੱਤਾ,
ਅੱਜ ਤੱਕ ਪੋਲੀਓ ਦਾ, ਪੋਲੀਓ ਜਿਹੜਾ ਸਟਾਰਟ ਹੋਇਆ ਸੀ 1996 ਦੇ ਵਿੱਚ ਪਹਿਲੀ ਵਾਰੀ ਪੋਲੀਓ ਕੈਂਪ ਜਿਹੜਾ ਲੱਗਿਆ ਸੀ, ਹੈ ਨਾ, ਉਸ ਟਾਈਮ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਬੱਚਿਆਂ ਨੂੰ ਮਿਲ ਕੇ ਹੈਲਥ ਡਿਪਾਰਟਮੈਂਟ ਦੇ ਨਾਲ ਦਵਾਈ ਪਿਲਾਉਂਦੇ ਹਾਂ। ਅਤੇ ਅਸੀਂ ਇਹ ਦਵਾਈ ਵੀ, ਜੇ ਇਹਨਾਂ ਨੂੰ ਲੱਗਦਾ ਵੀ ਸਾਡੇ ਦਵਾਈ ਪਿਲਾਉਣ ਨਾਲ ਅਨੀਮੀਆ ਦਾ ਖਾਤਮਾ ਹੁੰਦਾ, ਅਸੀਂ ਆਸ਼ਾ ਵਰਕਰ ਦੇ ਨਾਲ ਜਾਂ ਇਹਨਾਂ ਦੀ LHV ਹੈ, ਜੋ ਵੀ ANM ਆ, ਹੈ ਨਾ, ਅਤੇ GNM ਆ, ਜੋ ਵੀ ਹੈਗਾ, ਅਸੀਂ ਉਹਨਾਂ ਦੇ ਨਾਲ ਜਾਣ ਨੂੰ ਤਿਆਰ ਹਾਂ, ਦਵਾਈ ਦੇਣ ਨੂੰ ਤਿਆਰ ਹਾਂ। ਈਵਨ ਕਿ ਇਹ ਦਵਾਈ ਹੈ ਜਿਹੜੀ ਉਹ ਆਪਣੇ ਹੀ ਕਸਟਡੀ 'ਚ ਲੈਣ, ਜਿਵੇਂ ਉਹ ਪੋਲੀਓ ਡਰੋਪਸ ਆਪਦੀ ਕਸਟਡੀ 'ਚ ਲੈ ਕੇ ਆਉਂਦੇ ਨੇ, ਇਸੇ ਤਰ੍ਹਾਂ ਹੀ ਇਹ ਦਵਾਈ ਆਪਦੀ ਕਸਟਡੀ 'ਚ ਲੈਣ, ਅਤੇ ਅਸੀਂ ਉਹਨਾਂ ਦੇ ਨਾਲ ਪੂਰੀ ਹੈਲਪ ਕਰਾਂਗੇ। ਅਸੀਂ ਤਾਂ ਪਹਿਲਾਂ ਹੀ ਮਤਲਬ ਸੇਵਾ ਦੇ ਤੌਰ 'ਤੇ ਲੱਗੇ ਹੋਏ ਹਾਂ, ਹੈ ਨਾ, ਅਸੀਂ ਉਵੇਂ ਹੀ ਹੈਲਪ ਕਰਾਂਗੇ। ਪਰ ਉਹਨਾਂ ਨੂੰ ਦਵਾਈ ਇਸ਼ੂ ਹੋਣੀ ਚਾਹੀਦੀ ਆ, ਅਸੀਂ ਨਾ ਇਹ ਇਸ਼ੂ ਦਵਾਈ ਲਈਏ, ਨਾ ਅਸੀਂ ਇਹਨੂੰ ਖਪਤ ਕਰੀਏ, ਨਾ ਅਸੀਂ ਆਪਦੇ ਕਾਗਜ਼ਾਂ 'ਚ ਇਹਨੂੰ ਕੰਜ਼ਿਊਮ ਕਰੀਏ। ਇਸ ਇਹ ਆਇਰਨ ਫੋਲਿਕ ਐਸਿਡ ਦੀਆਂ ਗੋਲੀਆਂ ਸ਼ੀਸ਼ੀਆਂ ਨੇ ਜਿਹਨਾਂ ਵਿੱਚ ਪੀਣ ਵਾਲੀ ਦਵਾਈ ਹੈ। ਇਹਦੇ ਬਾਰੇ ਕਿਸੇ ਵੀ ਸਾਡੇ ਵਰਕਰ ਨੂੰ ਜਾਂ ਹੈਲਪਰ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਜਾਂਦੀ, ਨਾ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ। ਇਸ ਲਈ ਅਸੀਂ ਸਾਰੇ ਹੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇਹ ਸ਼ੀਸ਼ੀਆਂ ਨੇ ਜਿਹੜੀਆਂ ਵਾਪਸ ਕਰ ਰਹੇ ਹਾਂ ਦਫ਼ਤਰਾਂ ਨੂੰ। ਅਤੇ ਇੱਕ ਇਹ ਵੀ ਗੱਲ ਹੈ ਨਾਲ, ਜਿਹੜੇ ਪੰਜਾਬ ਦੇ ਵਿੱਚ ਕਿਤੇ ਵੀ ਇਹ ਦਵਾਈਆਂ ਆਂਗਨਵਾੜੀ ਸੈਂਟਰਾਂ ਵਿੱਚ ਨਹੀਂ ਭੇਜੀਆਂ ਜਾਂਦੀਆਂ, ਇੱਕ ਇਕੱਲਾ ਸੰਗਰੂਰ ਜ਼ਿਲ੍ਹਾ ਜਿੱਥੇ ਇਹ ਦਵਾਈਆਂ ਭੇਜੀਆਂ ਜਾਂਦੀਆਂ ਨੇ। ਇਸ ਲਈ ਅਸੀਂ ਵਿਰੋਧ ਕਰਦੇ ਹਾਂ ਵੀ ਅਸੀਂ ਇਹ ਦਵਾਈਆਂ ਨਹੀਂ ਦੇਣੀਆਂ ਬੱਚਿਆਂ ਨੂੰ, ਕਿਉਂਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਕਿਸੇ ਦਾ ਨੁਕਸਾਨ ਹੋ ਗਿਆ ਤਾਂ ਕੌਣ ਜ਼ਿੰਮੇਵਾਰ ਹੋਊਗਾ? ਅਤੇ ਇਹ ਹੈਲਥ ਵਾਲਿਆਂ ਦਾ ਕੰਮ ਹੈ, ਆਸ਼ਾ ਵਰਕਰਾਂ ਨੂੰ ਹੀ ਇਹ ਦਵਾਈਆਂ ਦੇਣੀਆਂ ਚਾਹੀਦੀਆਂ ਨੇ, ਉਹਨਾਂ ਨੂੰ ਇਹ ਹੈਂਡਓਵਰ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਨੇ। ਸਾਡੇ ਮਹਿਕਮੇ ਨੂੰ ਤਾਂ ਇਹ ਰਿਸੀਵ ਵੀ ਨਹੀਂ ਕਰਨੀਆਂ ਚਾਹੀਦੀਆਂ। ਇਹ ਸਾਨੂੰ CDPO ਆਫਿਸ ਵੱਲੋਂ ਇਹ ਹੈਲਥ ਵਾਲਿਆਂ ਤੋਂ ਰਿਸੀਵ ਕਰਦੇ ਨੇ, ਅਤੇ ਸਾਨੂੰ ਅੱਗੇ ਇਹ ਦੇ ਦਿੱਤੀਆਂ ਜਾਂਦੀਆਂ ਨੇ। ਜਦੋਂ ਦਿੱਤੀਆਂ ਵੀ ਜਾਂਦੀਆਂ ਨੇ ਉਦੋਂ ਇੱਕ ਜਾਣੀ ਨੂੰ ਬੁਲਾ ਕੇ ਚਾਰ ਚਾਰ ਜਾਣਿਆਂ ਦੀਆਂ ਦਵਾਈਆਂ ਚੁਕਾਈਆਂ ਜਾਂਦੀਆਂ ਨੇ। ਪਰ ਜਦੋਂ ਅੱਜ ਅਸੀਂ ਵਾਪਸ ਕਰਨ ਆਏ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਜਿਹੜੀ ਇੱਕ ਵਰਕਰ ਜਾਂ ਹੈਲਪਰ ਆਈ ਹੈ ਉਸੇ ਸੈਂਟਰ ਦੀਆਂ ਦਵਾਈਆਂ ਨੇ ਜਿਹੜੀਆਂ ਵਾਪਸ ਕੀਤੀਆਂ ਜਾਣਗੀਆਂ, ਬਾਕੀ ਦਵਾਈਆਂ ਵਾਪਸ ਨਹੀਂ ਕੀਤੀਆਂ ਜਾਣਗੀਆਂ। ਚੁਕਾਉਣ ਵੇਲੇ ਇਹੋ ਜਿਹੀ ਕੋਈ ਸ਼ਰਤ ਨਹੀਂ ਹੁੰਦੀ, ਇਹ ਇੱਕ ਜਾਣੇ ਨੂੰ ਚਾਰ ਜਾਣੇ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਚੁਕਾ ਦਿੰਦੇ ਨੇ। ਅਸੀਂ ਅੱਜ ਇਹ ਸਾਰੀਆਂ ਦਵਾਈਆਂ ਵਾਪਸ ਕਰਕੇ ਜਾਵਾਂਗੇ ਅਤੇ ਅੱਜ ਵਾਪਸ ਹੀ ਕਰਨ ਆਏ ਹਾਂ। ਇਹ ਮਾਮਲਾ ਕੋਈ ਹੈ ਨਹੀਂ ਜੀ ਇਹ ਗੁੰਝਲਦਾਰ ਤਾਂ, ਕਿਉਂਕਿ ਆਇਰਨ ਫੋਲਿਕ ਐਸਿਡ ਜਿਹੜੀ ਸਪਲਾਈ ਹੈ ਸਾਨੂੰ ਨਵੀਂ ਪ੍ਰਾਪਤ ਹੋਈ ਹੈ, ਉਹ ਸਪਲਾਈ ਸਾਰੀ ਮੈਂ ਇਸ਼ੂ ਸੁਪਰਵਾਈਜ਼ਰਾਂ ਨੂੰ ਕੀਤੀ ਹੈ, ਸੁਪਰਵਾਈਜ਼ਰਾਂ ਨੇ ਅੱਗੇ ਵਰਕਰਾਂ ਨੂੰ ਕੀਤੀ। ਅੱਜ ਵਰਕਰਾਂ ਵੱਲੋਂ ਮੈਨੂੰ ਮੰਗ ਪੱਤਰ ਦਿੱਤਾ ਗਿਆ ਕੁਛ ਮੰਗਾਂ ਦੇ ਸੰਬੰਧ ਵਿੱਚ, ਉਹ ਸਵੇਰੇ ਰਿਸੀਵ ਕੀਤਾ। ਉਸ ਤੋਂ ਬਾਅਦ ਦੇਖੋ ਜੀ ਮੀਟਿੰਗ ਬੜੇ ਸਖਾਵੇਂ ਮਾਹੌਲ 'ਚ ਹੋਈ ਹੈ ਵਰਕਰਾਂ ਦੀ ਅਤੇ ਸੁਪਰਵਾਈਜ਼ਰਾਂ ਦੀ। ਇਹ ਹਾਂਜੀ ਸਾਡੇ ਕੋਲ ਕੱਲ੍ਹ ਹੀ ਹੈ ਜੀ ਲੈਟਰ ਇਸ਼ੂ ਹੋਇਆ ਮਾਨਯੋਗ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਜੀ, ਉਹਦੇ ਵਿੱਚ ਉਹਨਾਂ ਨੇ ਫਿਕਸ ਕੀਤਾ ਵੀ ਆਸ਼ਾ ਆਉਣਗੇ ਉਸ ਦਿਨ, ਆਸ਼ਾ ਦਵਾਈ ਪਿਲਾਉਣਗੇ। ਇਹਨਾਂ ਨੇ ਲਾਭਪਾਤਰੀ ਨੇ ਜਿਹੜੇ ਉਹ ਬੁਲਾਉਣੇ ਨੇ, ਆਸ਼ਾ ਵੱਲੋਂ ਦਵਾਈ ਹੈ ਜਿਹੜੀ ਪਿਲਾਈ ਜਾਊ ਇਹਨਾਂ ਦੀ ਕਸਟਡੀ 'ਚ। ਉਹ ਜੀ ਸੁਪਰਵਾਈਜ਼ਰ ਕਹਿ ਰਹੇ ਨੇ ਜੀ ਜਿਹੜੇ ਜਿਸ ਜਿਸ ਵਰਕਰ ਨੂੰ ਉਹਨਾਂ ਨੇ ਇਸ਼ੂ ਕੀਤੀ ਹੈ ਵੀ ਉਹ ਵਰਕਰ ਸਾਨੂੰ ਇਸ਼ੂ ਕਰਾਵੇ ਆ ਕੇ ਆਪਣੇ ਸਾਈਨਾਂ ਵਿੱਚ। ਹਾਂਜੀ ਲੈ ਰਹੇ।